सीआईए स्टाफ फिरोजपुर की पुलिस ने चेकिंग के दौरान दो व्यक्तियों को काबू करने में सफलता हासिल की है इस संबंध में जानकारी देते हुए एसपीडी रणधीर कुमार ने बताया कि पकड़े गए आरोपियों की पहचान गुरप्रीत सिंह धूरी निवासी गांव मस्तके और आकाशदीप सिंह निवासी बस्ती भाने वाली के तौर पर हुई है आरोपियों के पास से एक किलो पाँच ग्राम हेरोइन और एक मोटरसाइकिल भी बरामद किया गया है फिलहाल पुलिस ने दोनों आरोपियों पर मामला दर्ज कर आगे की कार्रवाई शुरू कर दी है ਰੋਸਪੁਰ ਸੇ ਹਲਚਲ ਲਈ ਮਨਜੀਤ ਸਿੰਘ ਦੀ ਰਿਪੋਰਟ ਤੇ ਦੋ ਦੋਸ਼ੀ ਦੀ ਗ੍ਰਿਫਤਾਰੀ ਹੈਗੀ ਇੱਕ ਤਹਗਾ ਗੁਰਪ੍ਰੀਤ ਸਿੰਘ ਉਰਫ ਗੁਰੀ ਜਿਹੜਾ ਬਸਤੀ ਆਪਣਾ ਪਿੰਡ ਮਸਤੇਕੇ थाना ਅਰਕੇਦਰ ਰਹਿਣ ਵਾਲਾ ਸੀ ਤੇ ਦੂਜਾ ਦੋਸ਼ੀ ਆਕਾਸ਼ਦੀਪ ਸਿੰਘ ਉਹ ਵੀ ਬਸਤੀ ਪਾਣੇ ਵਾਲੀ थाना ਅਰਕੇਦਰ ਰਹਿਣ ਵਾਲਾ ਸੀ ਤੇ ਅਸੀਂ ਜਿਹੜੀ ਹੈਗੀ ਹੁਣ ਤਫਤੀਸ਼ ਕਰ ਰਹੇ ਨੇ ਕਿ ਇਹ ਜਿਹੜਾ ਸੀਗਾ ਚਿੱਟਾ ਕਿੱਥੋਂ ਲੈ ਕੇ ਆਉਂਦਾ ਸੀ ਕਿੰਨੂੰ ਵਿੱਚ ਝੰਡਾ ਸੀ ਇਹ ਜਿਹੜਾ ਨੈਟਵਰਕ ਹੈਗਾ ਇਸ ਦਾ ਅਸੀਂ ਛੇਤੀ ਛੇਤੀ ਜਿਹੜਾ ਹੈਗਾ ਪਰਦਾ ਫਾਸਕਾਂਗੇ ਸਿਰੇ ਫੜੇ ਕਿਦਾਂਗੇ ਆ ਇਹਦੇ ਬਾਰੇ ਮੈਂ ਡੀਐਸਪੀ ਸਾਹਿਬ ਦੌਰਾਨ ਗਸਤ ਦੌਰਾਨ ਗਸਤ ਆ ਫੜੇਗੇ ਜੀ ਨਹੀਂ ਹਜੇ ਅਸੀਂ ਰਿਕਾਰਡ ਲੱਭ ਰਹੇ ਜੀ ਹਜੇ ਤੱਕ ਰਿਕਾਰਡ ਮਿਲਿਆ ਨਹੀਂ ਹੈ ਅਸੀਂ ਹੋਰ ਰਿਕਾਰਡ ਲੱਭ ਕੇ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ ਸਰ ਆਰਫ ਕਦੇ ਹੀ ਸੀ ਦੋਹਾਂ ਰਹਿਣ ਵਾਲੇ ਜਿਹੜਾ ਸੀਗਾ ਆਪਣਾ ਗੁਰਪ੍ਰੀਤ ਸਿੰਘ ਗੁੜੀ ਆ ਬਸਤੀ ਮਸਤੇਕੇ थाना ਰਿਕ ਦੇ ਨਾਲ ਸੀ ਜਿਹੜਾ ਆਕਾਸ਼ਦੀਪ ਸਿੰਘ ਹੈਗਾ ਉਹ ਵੀ ਬਸਤੀ ਪਾਣੇ ਵਾਲੇ थाना ਰਿਕ ਦੇ ਨਾਲ ਸੀ